ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੂਡੇ ਪੰਜਾਬ نیوز ਚੈਨਲ ਤੇ ਮੈਂ ਤਰਸੇਮ ਸਿੰਘ ਮਠਾਰੂ ਦੇ ਨਾਲ ਗੱਲਬਾਤ ਕਰਾਂਗੇ ਪੰਜਾਬ ਸੂਬੇ ਦੀਆਂ ਅੱਜ ਸਵੇਰ ਦੀਆਂ ਵੱਡੀਆਂ ਖਬਰਾਂ ਦੀ ਤੇ ਖਬਰਾਂ ਨੂੰ ਸ਼ੁਰੂ ਕਰਦੇ ਪਹਿਲੇ ਇੱਕ ਵਾਰੀ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਕਿ ਸਿਹਤ ਵਿਭਾਗ ਦਾ ਅਹਿਮ ਕਦਮ ਹੁਣ ਸਾਰੇ ਸਿਹਤ ਕੇਂਦਰਾਂ ਵਿੱਚ ਹੋਵੇਗਾ ਕੋਵਿਡ-19 ਟੀਕਾ ਕਰਨਾ ਸਕੂਲਾਂ ਨੂੰ ਖੋਲਣ ਸੰਬੰਧੀ ਪੁੱਛੇ ਗਏ ਸਵਾਲ ਤੇ ਸਿੱਖਿਆ ਮੰਤਰੀ ਨੇ ਦਿੱਤਾ ਕਰਾਰਾ ਜਵਾਬ ਮੋਰ ਲਾਕਡਾਊਨ ਦੀ ਤਿਆਰੀ ਮੁੱਖ ਮੰਤਰੀ ਵੱਲੋਂ ਯੋਜਨਾ ਬਣਾਉਂਦੇ ਹੁਕਮ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬੀਆਂ ਨੂੰ ਵੱਡੀ ਰਾਹਤ ਬਿਜਲੀ ਬਿੱਲ ਆਉਣਗੇ ਘਟ 32% ਤੱਕ ਸਸਤੀ ਹੋ ਸਕਦੀ ਹੈ ਬਿਜਲੀ ਮਲੋਟ ਵਿੱਚ ਪਾਚੇ ਰੱਦ ਕਰਨ ਨੂੰ ਲੈ ਕੇ ਕਿਸਾਨਾਂ ਦੀ ਪ੍ਰਸ਼ਾਸਨ ਨਾਲ ਗੱਲ ਟੁੱਟੀ ਕਿਸਾਨ ਆंदोलਨ ਕਰਕੇ ਅਜੀ ਦੇਵ ਗਾਂਧੀ ਦਿੱਲੀ ਚ ਕਟਮਾਰੇ ਵੀਡੀਓ ਵਾਇਰਲ ਹੋਣ ਮਗਰੋਂ ਦਿੱਤੀ ਸਫਾਈ ਸਰਕਾਰੀ ਸਕੂਲਾਂ ਦਾ ਨਾਵਾ ਵਿਧਾਇਕ ਸੈਸ਼ਨ ਨੇ 1 April ਤੋਂ ਹੀ ਸ਼ੁਰੂ ਹੁਣ ਹਰ ਪਿੰਡ ਤੇ ਕਿਸਾਨ ਬਣਾਉਣਗੇ ਕਮੇਟੀਆਂ ਕਿਸਾਨੀ ਕਾਨਫਰੰਸ ਤੋਂ ਕਿਸਾਨਾਂ ਦਾ ਐਲਾਨ ਵੋਟਾਂ ਮੰਗਣੇ ਵਿਧਾਇਕਾਂ ਨੂੰ ਦੇਣੇ ਪੈਣਗੇ ਸਵਾਲਾਂ ਦੇ ਜਵਾਬ ਕੇਜਰੀਵਾਲ ਸਰਕਾਰ ਨੇ ਵੱਡਾ ਚੜ੍ਹ ਕੇ ਕੇਂਦਰ ਦਾ ਦਿੱਲੀ ਬਿੱਲ ਬਣਿਆ ਕਾਨੂੰਨ ਐਲਜੀ ਕੋਲ ਹੁਣ ਹੋਣਗੀਆਂ ਵਧੇਰੇ ਸ਼ਕਤੀਆਂ ਆਦੇਸ਼ ਦੇ ਸਭ ਤੋਂ ਵੱਧ ਤਾਕਤਵਰ ਸੌ ਲੋਕਾਂ ਦੀ ਲਿਸਟ ਵਿੱਚ ਜਗਿੰਦਰ ਸਿੰਘ ਉਗਰਾਹਾਂ ਅਤੇ ਰਾਕੇਸ਼ਟ ਕੈਦਾਰ ਦਾ ਨਾਮ ਸ਼ਾਮਿਲ ਪਾਕਿਸਤਾਨ ਵਿੱਚ 100 ਸਾਲ ਪੁਰਾਣੇ ਮੰਦਿਰ ਤੇ ਹਮਲਾ ਸਰਕਾਰ ਨੇ ਕੀਤੀ ਤੁਰੰਤ ਕਾਰਵਾਈ ਪੰਜਾਬ ਵਿੱਚ 24 ਘੰਟਿਆਂ ਵਿੱਚ ਕਰੋਨਾ ਨਾਲ 69 ਲੋਕਾਂ ਦੀ ਹੋਈ ਮੌਤ 2963 ਨਵੇਂ ਕੇਸਾਂ ਦੇ ਸਾਹਮਣੇ ਅਧਿਆਪਕਾਂ ਦਾ ਬਾਦ ਹੁਣ ਪੈਲਸਾਂ ਵਾਲੇ ਉੱਤੇ ਸਰਕਾਰਾਂ ਦੇ ਵਿਰੋਧ ਵਿੱਚ ਪਾਵਨ ਦੀ ਹਟਾਉਣ ਦੀ ਕੀਤੀ ਮੰਗ ਤਾਂ ਦੋਸਤੋ ਅੱਜ ਵੀ ਆਪਣੀਆਂ ਸਮੇਂ ਦੀਆਂ ਚੋਣਵੀਆਂ ਖਬਰਾਂ ਤੇ ਹੁਣ ਗੱਲਬਾਤ ਕਰਦੇ ਜਿੰਨਾਂ ਖਬਰਾਂ ਬਾਰੇ ਵਿਸਤਾਰ ਨਾਲ ਖਬਰਾਂ ਨੂੰ ਸ਼ੁਰੂ ਕਰਦੇ ਪਹਿਲਾਂ ਇੱਕ ਨਿੱਕੀ ਜੀ ਬੇਨਤੀ ਹੈ ਕਿ ਜਿਹਨੇ ਦੋਸਤਾਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤੇ ਨਾਲ ਹੀ ਲੱਗੇ ਘੰਟੀ ਦੇ ਬਟਨ ਨੂੰ ਜਰੂਰ ਦਬਲੈ ਤੇ 올 ਨੋਟੀਫਿਕੇਸ਼ਨ ਦੇ ਕਲਿੱਕ ਕਰ ਲੈਣ ਤਾਂ ਜੋ ਜਿਹੜੀਆਂ ਅਸੀਂ ਵੀ ਅਗਲੀਆਂ ਨਵੀਆਂ ਖਬਰਾਂ ਪਾਇਆ ਕਰਾਂਗੇ ਉਹ ਤੁਹਾਨੂੰ ਪਤਾ ਲੱਗ ਜਾ ਕਰੋ ਉਸ ਦੀ ਤੁਹਾਡੇ ਕੋਲੇ ਨੋਟੀਫਿਕੇਸ਼ਨ ਆ ਜਾਇਆ ਕਰੂਗੀ ਤੁਹਾਡਾ ਬਹੁਤ ਹੀ ਤਾਂ ਨਵਾਂ ਹੋਵੇਗਾ ਇਸੇ ਦੇ ਨਾਲ ਹੀ ਗੱਲ ਕਰਦੇ ਆਂ ਜੀ ਪਹਿਲੀ ਖਬਰ ਜੀ ਕਿ ਸਿਹਤ ਵਿਭਾਗ ਦਾ ਅਹਿਮ ਕਦਮ ਹੁਣ ਸਾਰੇ ਸਿਹਤ ਕੇਂਦਰਾਂ 'ਚ ਹੋਵੇਗਾ ਕੋਵਿਡ-19 ਟੀਕਾ ਕਨ ਟੀਕਾ ਕਰਨ ਨੂੰ ਜ਼ਰੂਰੀ ਕਰ ਲੈ ਕੇ ਕੇਂਦਰ ਸਰਕਾਰ ਵੱਡੇ ਫੈਸਲੇ ਲੈ ਰਹੀ ਹੈ ਜਿਵੇਂ ਕਿ ਹਰ ਸਿਹਤ ਕੇਂਦਰ ਵਿੱਚ ਕੋਵਿਡ-19 ਟੀਕਾ ਕਨ ਉਪਲਬਧ ਰਹੇ ਟੀਕਾ ਕਨ ਮਹਿੰਮ ਨੂੰ ਹੋਰ ਤੇਜ਼ ਕਰਨ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ ਕਿ ਹੁਣ ਕੋਵਿਡ-19 ਟੀਕਾ ਕਨ ਸਾਰੇ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਸਬ ਸੈਂਟਰਾਂ ਹੋਮਿਓਪੈਥੀ ਅਤੇ ਆਯੁਰਵੈਦਿਕ ਡਿਸਪੈਂਸਰੀਆਂ ਵਿਖੇ ਕੀਤਾ ਜਾਵੇਗਾ ਕੋਵਿਡ-19 ਟੀਕਾ ਕੰਦੀ ਸਰਦ 45 ਸਾਲ ਤੋਂ ਬਾਅਦ ਉਮਰ ਦੇ ਸਾਰੇ ਲੋਕਤਾਂ ਲਈ ਬਿਨਾ ਕਿਸੇ ਛੱਤ ਦੇ 1 April ਤੋਂ ਸਾਰੇ ਸਰਕਾਰੀ ਸਿਹਤ ਕੇਂਦਰਾਂ ਤੇ ਉਪਲਬਧ ਹੋਵੇਗੀ ਜਾਣਕਾਰੀ ਦਿੰਦੇ ਸਿਹਤ ਮੰਤਰੀ ਨੇ ਕਿਹਾ ਕਿ ਹੁਣ ਤੱਕ ਤਕਰੀਬਨ 7 ਲੱਖ ਆਬਾਦੀ ਦਾ ਟੀਕਾਕਰਨ ਕੀਤਾ ਗਿਆ ਅਤੇ ਲੋਕਾਂ ਦੇ ਦਰ ਤੇ ਟੀਕਾਕਰਨ ਸੇਵਾਵਾਂ ਪ੍ਰਦਾਨ ਕਰਨ ਲਈ ਸਾਰੇ ਸਰਕਾਰੀ ਸਿਹਤ ਕੇਂਦਰਾਂ ਤੇ ਡਿਸਪੈਂਸਰੀਆਂ ਹਸਪਤਾਲਾਂ ਵਿੱਚ ਅਜੇਹੀਆਂ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਣਗੀਆਂ ਸਕੂਲਾਂ ਖੋਲਣ ਸੰਬੰਧੀ ਪੁੱਛੇ ਗਏ ਸਵਾਲ ਤੇ ਸਿੱਖਿਆ ਮੰਤਰੀ ਨੇ ਦਿੱਤਾ ਕਰਾਰਾ ਜਵਾਬ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਵੱਖ-ਵੱਖ ਸਰਕਾਰੀ ਅਦਾਰੇ ਚ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਲਈ ਲਗਾਤਾਰ ਸਰਕਾਰੀ ਨੌਕਰੀਆਂ ਦੀਆਂ ਪੋਸਟਾਂ ਕਰੀਆਂ ਜਾ ਰਹੀਆਂ ਨੇ ਇਹਨਾਂ ਦਾ ਵਿਚਾਰਾਂ ਦਾ ਪ੍ਰਗਟਾਵਾ ਲੋਕ ਨਿਰਮਾਣ ਦੇ ਸਿੱਖਿਆ ਕੈਬਨਟ ਮੰਤਰੀ ਵਿਜੇਂਦਰ ਸਿੰਘਲਾ ਨੇ ਕੀਤਾ ਤੇ ਨਾਲ ਹੀ ਉਹਨਾਂ ਨੇ ਸਕੂਲ ਕਾਲਜ ਖੋਲਣ ਬਾਰੇ ਵੀ ਜਿਹੜਾ ਇੱਕ ਵੱਡੀ ਗੱਲ ਹੈ ਕਰੋਨਾ ਲੱਗਦੀ ਬਿਮਾਰੀ ਕਰਕੇ ਸਰਕਾਰ ਵੱਲੋਂ ਸਕੂਲ ਕਾਲਜ ਬੰਦ ਕੀਤੇ ਜਾਣ ਦੇ ਦੌਰ ਸਵਾਜੋ ਮਾਪਿਆਂ ਬੱਚਿਆਂ ਤੇ ਸਕੂਲ ਪ੍ਰਬੰਧਕ ਅਧਿਆਪਕਾਂ ਵੱਲੋਂ ਸਕੂਲ ਖੋਲਣ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਸੰਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਨੇ ਫਿਰ ਦੁਹਰਾਇਆ ਕਿ ਕਰੋਨਾ ਮਹਾਮਾਰੀ ਕੋਈ ਇੱਕ ਮਜ਼ਾਕ ਨਹੀਂ ਹੈ। ਸੂਬਾ ਵਿੱਚ ਕਰੋਨਾ ਮਹਾਮਾਰੀ ਦਾ ਪ੍ਰਕੋਪ ਮੋਰ ਵਧਣ ਲੱਗਾ। ਵਧਣ ਕਾਰਨ ਹੀ ਸੂਬਾ ਸਰਕਾਰ ਨੇ ਸਕੂਲ ਕਾਲਜ ਬੰਦ ਕਰਨ ਦਾ ਸਹੀ ਫੈਸਲਾ ਲਿਆ ਹੈ। ਉਹਨਾਂ ਕਿਹਾ ਕਿ ਸਰਕਾਰ ਅਜੇ ਹ ਕੋਈ ਸਮਝੌਤਾ ਨਹੀਂ ਕਰੇਗੀ ਜਦ ਨਾਲ ਬਚਾਈਂ ਜ਼ਿੰਦਗੀ ਨੂੰ ਕੋਈ ਖਤਰਾ ਹੋਵੇ ਇਸ ਲਈ ਸਰਕਾਰ ਅਜੇ ਸਕੂਲ ਕਾਲਜ ਖੋਲ੍ਹਣ ਲਈ ਕੋਈ ਜਜ਼ਬਾਤੀ ਪਛਲਾ ਨਹੀਂ ਲਵੇਗੀ। ਜੇਕਰ 3 ਮਈ ਤੋਂ 12ਵੀਂ ਕਰੋਨਾ ਦੇ ਪ੍ਰਕੋਪ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲਾਂ ਕਾਲਾ ਸੰਬੰਧੀ ਅਗਲਾ ਫੈਸਲਾ ਲਿਆ ਜਾਵੇਗਾ ਜਾਨਕਿ 31 ਮਾਰਚ ਤੋਂ ਵੀ ਸਕੂਲ ਖੁੱਲਣ ਦਾ ਕੋਈ ਵੀ ਜਿਹੜਾ ਵਿਚਾਰ ਹਲੇ ਤੱਕ ਨਹੀਂ ਬਣ ਸਕਿਆ ਮੋੜ ਲਾਕਡਾਊਨ ਦੀ ਤਿਆਰੀ ਮੁੱਖ ਮੰਤਰੀ ਵੱਲੋਂ ਯੋਜਨਾ ਬਣਾਉਂਦੇ ਹੁਕਮ ਪੰਜਾਬ ਤੇ ਮਹਾਰਾਸ਼ਟਰ ਸਣੇ ਦੇਸ਼ ਦੇ 8 ਸੂਬਿਆਂ ਵਿੱਚ ਕਰੋਨਾ ਦਾ ਕਹਿਰ ਵਾਦਾ ਜਾ ਰਿਹਾ ਤੇ ਸਭ ਤੋਂ ਮਾੜੇ ਹਾਲਾਤ ਮਹਾਰਾਸ਼ਟਰ ਦੇ ਇਸ ਲਈ ਇੱਥੇ ਮੋਡ ਲਾਕਡਾਊਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਰੋਨਾ ਵਾਇਰਸ ਦੀ ਲਗਦੇ ਮਾਮਲੇਅਤ ਦੇ ਵਿੱਚ ਵਾਦੇ ਦੇ ਮਦਰ ਨਿਰ ਮੁੱਖ ਮੰਤਰੀ ਉਦੋ ठाकरे ਨੇ ਐਤਵਾਰ ਨੂੰ ਰਾਜ ਵਿੱਚ ਕੋਵਿਡ 19 ਬਾਰੇ ਟਾਸਕ ਫੋਰਸ ਦੀ ਸ਼ਿਫਾਤ ਤੇ ਲਾਕਡਾਊਨ ਲਾਗੂ ਕਰਨ ਲਈ ਅੱਜ ਹੀ ਯੋਜਨਾ ਤਿਆਰ ਕਰਨ ਦੀ ਹਦਾਇਤ ਦਿੱਤੀ ਜਿਸ ਨਾਲ ਆਰਥਿਕ ਵਾਜਤਾ ਘੱਟ ਤੋਂ ਘੱਟ ਪ੍ਰਭਾਵਿਤ ਹੋਵੇ ਮੁੱਖ ਮੰਤਰੀ ਤੇ ਸਿਹਤ ਮੰਤਰੀ ਰਾਜੇਸ਼ ਟੋਪੇ ਤੋਂ ਇਲਾਵਾ ਹੋਰ ਅਧਿਕਾਰੀਆਂ ਨਾਲ ਹੋਈ ਮੀਟਿੰਗ 'ਚ ਟਾਸਕ ਫੋਰਸ ਦੇ ਮੈਂਬਰਾਂ ਨੇ ਅਗਲੇ 24 ਘੰਟਿਆਂ 'ਚ ਰਾਜ ਵਿੱਚ 40000 ਨਵੇਂ ਮਾਮਲੇ ਸਾਹਮਣੇ ਆਉਣ ਦਾ ਖਦਸ਼ਾ ਪ੍ਰਗਟਾਇਆ ਹੈ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬੀਆਂ ਨੂੰ ਵੱਡੀ ਰਾਹਤ ਬਿਲੇ ਬਿਲ ਆਉਣ ਕੇ ਘਟ 32 ਪਰਸੈਂਟ ਤੱਕ ਸਸਤੀ ਹੋ ਸਕਦੀ ਹੈ ਬਿਜਲੀ ਅਗਲੇ ਸਾਲ ਪੰਜਾਬ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਇਸ ਲਈ ਹੁਣ ਪੰਜਾਬ ਸਰਕਾਰ ਲੋਕਾਂ ਨੂੰ ਰਾਹਤ ਦੇ ਦਾ ਐਲਾਨ ਕਰ ਰਹੀ ਹੈ ਇਸ ਤਹਿਤ ਸੂਬੇ ਚ ਬਿਜਲੀ ਦਰਾਂ ਕੁਝ ਘਟਾਉਣ ਦੀ ਚਰਚਾ ਚੱਲ ਰਹੀ ਹੈ ਤੇ ਮੁੱਖ ਮੰਤਰੀ ਕੈਪਟਨ ਅਮਨਦਰ ਸਿੰਘ ਦੀ ਸਰਕਾਰ ਅਤੇ ਉਹਨਾਂ ਦੀ ਸੱਤਾਧਾਰਿਕ ਅੰਗਰੇਜ਼ ਪਾਰਟੀ ਦੇ ਇਹ ਭਲੀ ਭਾਂਤ ਪਤਾ ਹੈ ਕਿ ਅਸੈਂਬਲੀ ਚੋਣਾਂ ਚ ਮਹਿੰਗੀ ਬਿਜਲੀ ਦਾ ਮੁੱਦਾ ਪਕ ਸਕਦਾ ਤੇ ਵਿਰੋਧੀ ਧਿਰ ਇਸ ਮਾਮਲੇ ਚ ਬਿਲਕੁਲ ਬੇਸ਼ਗੀ ਬਖਸ਼ੇਗੀ ਨਹੀਂ ਅਤਿ ਅੰਗਰੇਜ਼ੀ ਅਖਬਾਰ ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਅਨੁਸਾਰ ਪੰਜਾਬ ਸਰਕਾਰ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਫਟਰ ਜਾਨਕੀ ਪੀਐਸਪੀਸੀਐਲ ਦੇ ਨੂੰ ਘਰੇਲੂ ਖਪਤ ਕਰਨ ਲਈ ਬਿਜਲੀ ਦਰ ਘਟਾਉਣ ਲਈ ਆਖਦੇ ਤੇ ਤੇ ਸੂਤਰ ਅਨੁਸਾਰ 32% ਪਾਵਰ ਲਗਭਗ 1 ਤਿਹਾਈ ਤੱਕ ਘਟਾ ਸਕਦੇ ਨੇ ਦੱਸ ਜੇ ਕਿ 20 ਦਸੰਬਰ ਮਹੀਨੇ ਪੀਐਸਪੀ ਪੀਐਸਪੀਸੀਐਲ ਨੇ ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਤੱਕ ਪਹੁੰਚ ਕਰਕੇ ਬਿਜਲੀ ਦਰਾਂ ਵਿੱਚ 9% ਵਾਧਾ ਕਰਨ ਲਈ ਆਖਿਆ ਸੀ ਪਰ ਹੁਣ ਸਰਕਾਰ ਨੇ ਉਸ ਤੇ ਦਰਾਂ ਘਟਾਉਣ ਦਾ ਦਬਾਅ ਪਾ ਦਿੱਤਾ ਹੈ ਮਲੋਟ ਵਿੱਚ ਪਾਚੀ ਰੱਦ ਕਰਨ ਨੂੰ ਲੈ ਕੇ ਕਿਸਾਨਾਂ ਦੇ ਪ੍ਰਸ਼ਾਸਨ ਨਾਲ ਗੱਲ ਟੁੱਟੇ ਭਾਈਪਾ ਦੁਆਰਾ ਮਲੋਟ ਬੰਦ ਕਰਨ ਦੇ ਲਾਂ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਵਿੱਚ ਵਾਦੇ ਰੋਸ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਚੌਂਕ ਮਲੋਟ ਵਿਖੇ ਪਾਰਟੀ ਰਾਦ ਕਰਵਾਉਣ ਨੂੰ ਲੈ ਕੇ ਦਿੱਤੇ ਥਾਣੇ ਨੂੰ ਕਿਸਾਨਾਂ ਦੇ ਇਥੇ ਬੰਦੀਆਂ ਨੇ ਅਨਮਿਥੇ ਸਮਲੇ ਜਾਇਦਾ ਕਰਦਾ ਐਲਾਨ ਕਰ ਦਿੱਤਾ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਨਰ ਸਰਕਰਤ ਕਾਕਾ ਸਿੰਘ ਕੋਟਲਾ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਸਮੇਤ ਹੋਰ ਕਿਸਾਨ ਆਗੂਆਂ ਨਾਲ ਪ੍ਰਸ਼ਾਸਨ ਦੀ ਹੋਈ ਮੀਟਿੰਗ ਸਿਰੇ ਨਹੀਂ ਚੜ੍ਹ ਸਕੀ ਤੇ ਹਾਲੇ ਤੱਕ ਕਿਸਾਨ ਯੂਨੀਅਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਚੌਕ ਅਮਲੋਟ ਵਿਖੇ ਆਪਣੇ ਸਮਲੇ ਧਰਨਾ ਜਾਇਦਾ ਕਰਨ ਦਾ ਐਲਾਨ ਕਰ ਦਿੱਤਾ ਤੇ ਚੌਕ ਵਿਖੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਹੋਇਆ ਹੈ ਕਿਸਾਨ ਆंदोलਨ ਕਰਕੇ ਅਜੇ ਦੇਵ ਗਾਂਧੀ ਦਿੱਲੀ ਚ ਕੁੱਟਮਾਰਾ ਵੀਡੀਓ ਵਾਇਰਲ ਹੋਣ ਮਗਰੋਂ ਦਿੱਤੀ ਸਫਾਈ ਬੇਤੀ ਰਾਤ ਤੋਂ ਸੋਸ਼ਲ ਮੀਡੀਆ ਤੇ ਇੱਕ ਕੁੱਟਮਾਰ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਤੇ ਦਾਵਾ ਕੀਤਾ ਜਾ ਰਿਹਾ ਹੈ ਕਿ ਐਸੇ ਸਖਸ ਦੀ ਜੇ ਸਖਸ ਦੀ ਇਸ ਵੀਡੀਓ ਵਿੱਚ ਕੁੱਟਮਾਰ ਹੋ ਰਹੀ ਉਹ ਮਸ਼ਹੂਰ ਬਾਲੀਵੁੱਡ ਅਦਾਕਾਰ ਅਜੇ ਦੇਵ ਗਾਂ ਨੇ ਇਹ ਵੀਡੀਓ ਅੱਧੇ ਲਈਦਾ ਹੈ ਵੀਡੀਓ ਦੇ ਵਾਇਰਲ ਹੋਣ ਦਾ ਕਾਰਨ ਇਹ ਹੈ ਕਿ ਅਜੇ ਦੇਵ ਗਾਂਧੀ ਪਟਾਈ ਹੋ ਰਹੀ ਹੈ ਕੁੱਟਮਾਰ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਆंदोलਨ ਵਿੱਚ ਕਿਸ ਤਰ੍ਹਾਂ ਨਾਲ ਸਾਥ ਨਾ ਦਿਖਾਉਣ ਕਰਕੇ ਸਰਕਾਰ ਦਾ ਸਮਰਥਨ ਕਰਨ ਤੇ ਅਜੇ ਦੇਵਗਨ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ ਹਾਲਾਂਕਿ ਇਸ ਵੀਡੀਓ ਵਿੱਚ ਵਿਅਕਤੀ ਦਾ ਚਿਹਰਾ ਸਾਫ਼ ਦਿਖਾਈ ਨਹੀਂ ਦੇ ਰਿਹਾ ਪਰ ਕੁੱਟਮਾਰ ਦੇ ਅਦਾ ਤੇ ਸੋਸ਼ਲ ਮੀਡੀਆ ਤੇ ਕਿਹਾ ਜਾ ਰਿਹਾ ਕਿ ਵਿਅਕਤੀ ਕੋਈ ਹੋਰ ਨਹੀਂ ਬਲਕਿ ਅਜੇ ਦੇਵਗਨ ਹੈ ਇਸ ਬਾਰੇ ਜਦੋਂ ਏਬੀਬੀ ਨਿਊਜ਼ ਨੇ ਅਜੇ ਦੇਵਗਨ ਦੇ ਪੱਖ ਵਿੱਚ ਜਾਣਨ ਲਈ ਉਹਨਾਂ ਦੇ ਬੁਲਾਰੇ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਏਬੀਬੀ ਨਿਊਜ਼ ਨੂੰ ਦੱਸਿਆ ਕਿ ਇਸ ਵੀਡੀਓ ਵਿੱਚ ਦਿਖਾਇਆ ਜਾਣ ਵਾਲਾ ਵਿਅਕਤੀ ਅਜੇ ਦੇਵਗਨ ਨਹੀਂ ਹੈ ਉਹਨਾਂ ਦੇ ਨਾਮ ਤੇ ਇੱਕ ਝੂਠਾ ਤੇ ਗੁੰਮਰਾਹ ਕਰਨ ਵਾਲਾ ਵੀਡੀਓ ਫੈਲਾਇਆ ਜਾ ਰਿਹਾ ਜਿਸ ਵਲਾ ਧਿਆਨ ਦੇਣ ਦੀ ਲੋੜ ਹੈ ਦੱਸ ਦਈਏ ਕਿ ਅਜੇ ਦੇ ਗਣੈਸਾਵੇਂ ਮੈਦਾਨ ਮੇਡੇ ਤੇ ਗੰਗੂ ਭਾਈ ਕਟਿਆਵਾੜੀ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਨੇ ਤੇ ਪਿਛਲੇ 14 ਮਹੀਨਿਆਂ ਤੋਂ ਦਿੱਲੀ ਨਹੀਂ ਆਏ ਸਰਕਾਰੀ ਸਕੂਲਾਂ ਦਾ ਨਵਾਂ ਵਿਦਿਅਕ ਸੈਸ਼ਨ 1 ਅਪ੍ਰੈਲ ਤੋਂ ਹੀ ਸ਼ੁਰੂ ਕਰੋਨਾ ਪਾਬੰਦੀਆਂ ਚ ਕਿਰਿਆ ਸੂਬੇ ਦੇ ਸਕੂਲੀ ਵਿਦਿਆਰਥੀਆਂ ਦੀ ਸਾਲਾਨਾ ਪ੍ਰੀਖਿਆਵਾਂ ਦੌਰਾਨ ਵਿਦਿਆਰਥੀਆਂ ਦੇ ਸਾਲਾਨਾ ਨਤੀਜਿਆਂ ਦੇ ਨਵੇਂ ਵਿੱਦਿਆਕ ਸੈਸ਼ਨ ਦੀ ਸ਼ੁਰੂਆਤ ਬਾਰੇ ਪਏ ਜਾ ਰਹੇ ਤੋਖਲਿਆਂ ਨੂੰ ਦੂਰ ਕਰਦੇ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦਾ ਨਵਾਂ ਵਿਦਿਆਕ ਸੈਸ਼ਨ ਆਮ ਦੀ ਤਰ੍ਹਾਂ 1 ਅਪ੍ਰੈਲ ਤੋਂ ਹੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਤੇ ਸਿੱਖਿਆ ਅਧਿਕਾਰੀਆਂ ਅਧਿਆਪਕਾਂ ਦੇ ਮਾਪਿਆਂ ਦੀ ਮੰਗ ਅਤੇ ਸੁਝਾਵਾਂ ਅਨੁਸਾਰ ਲੈ ਫੈਸਲੇ ਅਨੁਸਾਰ ਗੈਰ ਬੋਰਜ ਮਾਤਾਂ ਦੇ ਵਿਦਿਆਰਥੀਆਂ ਦਾ ਸਾਲਾਨਾ ਨਤੀਜਾ ਤਿਆਰ ਕੀਤਾ ਜਾਵੇਗਾ ਤੇ ਸਕੂਲ ਮੁਖੀਆਂ ਵੱਲੋਂ ਤਿਆਰ ਕੀਤੇ ਨਤੀਜੇ ਦੀ ਕੋਸ਼ਨਾ ਆਪਣੀ ਸਹੂਲਤ ਅਨੁਸਾਰ ਤੈਅ ਜਾਂ 31 ਮਾਰਚ ਨੂੰ ਕੀਤੀ ਜਾ ਸਕੇਗੀ ਹੁਣ ਹਰ ਪਿੰਡ ਤੇ ਕਿਸਾਨ ਬਣਾਉਣਗੇ ਕਮੇਟੀਆਂ ਕਿਸਾਨਨੀ ਕਾਨਫਰੰਸ ਤੋਂ ਕਿਸਾਨਾਂ ਦਾ ਐਲਾਨ ਵੋਟਾਂ ਮੰਗਣ ਆਏ ਵਿਧਾਇਕਾਂ ਨੂੰ ਦੇਣੇ ਪੈਣਗੇ ਸਵਾਲਾਂ ਦੇ ਜਵਾਬ ਖਾਲਸਾਈ ਜਾਹੋ ਜਲਾਲ ਦੇ ਪ੍ਰਤੀਕ ਹੋਲੇ ਮਹੱਲੇ ਦੇ ਦੂਜੇ ਦਿਨ ਕੱਲ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ਼੍ਰੀ ਕੇਸਗਰ ਸਾਹਿਬ ਵਿਖੇ ਨਤਮਸਤਕ ਹੋਈਆਂ ਅਤੇ ਖਾਲਸਾਪਨ ਦੇ ਕੌਮੀ ਤਿਹਾਰ ਹੋਲੇ ਮਹੱਲੇ ਦੇ ਦੂਜੇ ਦਿਨ ਸ਼੍ਰੀ ਗੁਰੂ ਨਾਨਕ ਗੁਰੂ ਕੀ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਪੂਰੇ ਖਾਲਸਾਈ ਰੰਗ ਵਿੱਚ ਰੰਗੀ ਹੋਈ ਅਤੇ ਕਰੋਨਾ ਤੇ ਸੰਗਤ ਦੀ ਸ਼ਰਦਾ ਦਾ ਸਲਾਪ ਭਾਰੇ ਪੈਰਾਂ ਦਿਖਾਈ ਦੇ ਰਹੇ ਜੇਕਰ ਜੋਗੇ ਕਿ ਪਹਿਲੇ ਦਿਨ ਸੰਗਤ ਦੀ ਆਮ ਦੇ ਚ ਪਿਛਲੇ ਸਾਲ ਦੇ ਮੁਕਾਬਲੇ ਕਾਮੀ ਸੀ ਪਰ ਕੱਲ ਹੋਲੇ ਮਹਲੇ ਦੇ ਦੂਜੇ ਦਿਨ ਸਵੇਰ ਤੋਂ ਹੀ ਲੱਖਾਂ ਦੇ ਗੀਤ ਵਿੱਚ ਸੰਗਤਾਂ ਨਾਤਮਸਤਕ ਹੋਣ ਲਈ ਆ ਰਹੀਆਂ ਨੇ ਤਾਂ ਸਵੇਰ ਤੋਂ ਹੀ ਸੰਗਤ ਤਖਤ ਸ਼੍ਰੀ ਕੇਸਗਰ ਸਾਹਿਬ ਨੂੰ ਜਾਣ ਵਾਲੇ ਰਸਤੇ ਤੇ ਲੰਮੀਆਂ ਕਤਾਰਾਂ ਲਗਾ ਕੇ ਮੱਥਾ ਟੇਕਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ ਇਹ ਪਰ ਹੋਲੇ ਮਹਲੇ ਦਾ ਪਹਿਲਾਂ ਕਿਸਾਨਾਂ ਦੇ ਨਾਮ ਰਿਹਾ ਬੀਤੇ ਦਿਨ ਸੰਜੁਕਤ ਕਿਸਾਨ ਮੋਜੇ ਨੇ ਕਿਸਾਨੀ ਕਾਨਫਰੰਸ ਦਾ ਸਰਦਾਰ ਦਿੱਤਾ ਸੀ ਜਿਸ ਵਿੱਚ ਲੋਕਾਂ ਨੇ ਵੱਡੇ ਗਿਣਤੀ ਵਿੱਚ ਇਸ ਹਾਲਾਤ ਐਸੇ ਕਿਸਾਨ ਨੇ ਕਾਨਫਰੰਸ ਵਿੱਚ ਕਿਸਾਨਾਂ ਨੇ ਅੱਗੇ ਦੀ ਰਣਨੀਤੀ ਦਾ ਐਲਾਨ ਕਰਦੇ ਕੁਝ ਵੱਡੇ ਫੈਸਲੇ ਲਏ। ਦਰਅਸਲ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਪਹਿਲਾ ਲਿਆ ਕਿ ਪੰਜਾਬ ਦੇ ਹਰ ਪਿੰਡ ਵਿੱਚ ਇੱਕ ਇੱਕੀ ਮੈਂਬਰੀ ਨੌਜਵਾਨਾਂ ਦੀਆਂ ਕਮੇਟੀਆਂ ਬਣਾਈਆਂ ਜਾਣਗੀਆਂ ਜੋ ਕਿ ਵਿਧਾਇਕਾਂ ਨੂੰ ਵੋਟਾਂ ਮੰਗਣ ਆਉਣ ਤੇ ਸਵਾਲ ਕਰਣਗੀਆਂ ਤੇ ਉਹਨਾਂ ਦੀ ਜਵਾਬਦੇਹੀ ਤੈਅ ਕਰਨਗੀਆਂ। ਜਿਸ ਨਾਲ ਇਸ ਨਾਲ ਨੌਜਵਾਨਾਂ ਵਿੱਚ ਆਪਣੇ ਹੱਕਾਂ ਪ੍ਰਤੀ ਜਾਗਰੂਕਤਾ ਆਵੇਗੀ ਤੇ ਸਵਾਲ ਕਰਨ ਦਾ ਤਰੀਕਾ ਆਵੇਗਾ ਤੇ ਸਭ ਤੋਂ ਵੱਡਾ ਕਿ ਨਵੀਂ ਲੀਡਰਸ਼ਿਪ ਉੱਭਰਨੀ ਸ਼ੁਰੂ ਹੋਵੇਗੀ। ਕੇਂਦਰੀ ਸਰਕਾਰ ਨੂੰ ਵੱਡਾ ਝੜਕਾ ਕੇਂਦਰ ਦਾ ਦਿੱਲੀ ਬੈਲ ਬਣਿਆ ਕਾਨੂੰਨ ਐਲਜੀ ਕੋਲ ਹੁਣ ਹੋਣਗੀਆਂ ਵਧੇਰੇ ਸ਼ਕਤੀਆਂ ਐਨਸੀਟੀ ਬੈਲ ਨੂੰ ਲੈ ਕੇ ਕੇਂਦਰੀ ਸਰਕਾਰ ਤੇ ਕੇਂਦਰ ਦੇ ਰਾਜਨੀਤਿਕ ਗੜਬੜੀ ਵਿਚਾਲੇ ਕੱਲ ਕੱਲ ਇਸ ਨੂੰ ਹਰੀ ਝੰਡੀ ਮਿਲ ਗਈ ਹੈ ਚੁਣੀ ਹੋਈ ਸਰਕਾਰ ਦੇ ਤੁਲਨਾ ਵਿੱਚ ਕੇਂਦਰ ਸਰਕਾਰ ਦੇ ਨੁਮਾਇੰਦੇ ਲੈਫਟੀਨੈਂਟ ਗਵਰਨਰ ਨੂੰ ਵਧੇਰੇ ਸ਼ਕਤੀਆਂ ਪ੍ਰਦਾਨ ਕਰਨ ਵਾਲੀ ਇਸ ਵਿਵਾਦਤ ਬਿੱਲ ਨੂੰ ਰਾਸ਼ਟਰਪਤੀ ਰਾਮਨਾਰ ਕੋਮ ਨੇ ਐਤਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਦੇ ਨਾਲ ਹੁਣ ਇੱਕ ਕਾਨੂੰਨ ਬਣ ਗਿਆ ਹੈ ਕੇਂਦਰੀ ਗ੍ਰਹਿ ਮੰਤਰਾਲਾ ਇਸ ਗੱਲ ਦਾ ਐਲਾਨ ਕਰੇਗਾ ਕਿ ਕਾਨੂੰਨ ਕਦੋਂ ਲਾਗੂ ਹੋਵੇਗਾ ਆਮ ਆਦਮੀ ਪਾਰਟੀ ਦੇ ਸਮੇਤ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਵਰਕਆਊਟ ਦੇ ਵਿਚਕਾਰ ਬਹੁਤ ਵੱਲੋਂ ਰਾਜ ਸਭਾ ਵਿੱਚ ਇਸ ਬੱਲ ਇਹ ਬੈਲ ਪਾਸ ਕੀਤਾ ਗਿਆ ਸੀ ਇਸ ਬੈਲ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਤੇ ਸਾਲ 2013 ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਦੇ ਬਾਅਦ ਤੋਂ ਲੈਫਟ ਡੈਟ ਕੁਆਟਰਨ ਗਵਰਨਰ ਨਾਲ ਟਕਰਾਹ ਕਈ ਵਾਰ ਸਾਹਮਣੇ ਆ ਚੁੱਕਿਆ ਹੈ ਅਦੇਸ਼ ਦੇ ਸਾਹਮਣੇ ਤੋਂ ਬਾਅਦ ਤਾਕਤਵਰ 100 ਲੋਕਾਂ ਦੇ ਰੈਸਟ ਵਿੱਚ ਜਗਿੰਦਰ ਸਿੰਘ ਗੁਰਾਹਾਂ ਤੇ ਰਾਕੇਸ਼ ਸ਼ਕੈਦਾਰ ਨਾਮ ਸ਼ਾਮਿਲ ਭਾਰਤ ਦੇ ਇੱਕ ਨਾਮੀ ਅਖਬਾਰ ਵੱਲੋਂ ਦੇਖਦੇ ਸਾਬਤ ਹੋ ਤਾਕਤਵਰ 100 ਲੋਕਾਂ ਦੀ ਸੂਚੀ ਜਾਰੀ ਕੀਤੀ ਗਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਸੂਚੀ ਵਿੱਚ ਦੋ ਕਿਸਾਨ ਆਗੂ ਨੇ ਨਾਮ ਵੀ ਸ਼ਾਮਲ ਨੇ ਸੂਚੀ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਰਾਕੇਸ਼ਟ ਕੈਦ ਦਾ ਨਾਮ ਸ਼ਾਮਲ ਹੈ ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਵੀ ਸ਼ਾਮਲ ਹੈ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਪ੍ਰਧਾਨ 76 ਸਾਲਾ ਜੋਗਿੰਦਰ ਸਿੰਘ ਉਗਰਾਹਾ ਦਾ ਨਾਮ ਹੈ ਸੂਚੀ ਵਿੱਚ ਇਸ ਸੂਚੀ ਦੇ 88ਵੇਂ ਨੰਬਰ ਤੇ ਹੈ ਤੇ ਉਹਨਾਂ ਬਾਰੇ ਕਿਹਾ ਗਿਆ ਹੈ ਕਿ OS ਵੇਲੇ ਕੇਂਦਰ ਸਰਕਾਰ ਵੱਲ ਬਣਾਇਆ ਤੈਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਮਾਝੇ ਮਾਲਵੇ ਦੇ ਇਲਾਕੇ ਕਿਸਾਨਾਂ ਦੇ ਮਜ਼ਦੂਰਾਂ ਨੂੰ ਵੱਡੀ ਗਿਣਤੀ ਵਿੱਚ ਆਪਣੇ ਨਾਲ ਲੈ ਕੇ ਲੜਾਈ ਲੜ ਰਹੇ ਨੇ ਤਾਂ ਭਾਰਤੀ ਕਿਸਾਨੀ ਉਗਰਾਹਾਂ ਦੇ ਪ੍ਰਧਾਨ ਜਗਿੰਦਰ ਸਿੰਘ ਉਗਰਾਹਾਂ ਸਾਬਕਾ ਫੌਜੀ ਨੇ ਪਾਕਿਸਤਾਨ ਵਿੱਚ 100 ਸਾਲ ਪੁਰਾਣੇ ਮੰਦਰ ਤੇ ਹਮਲਾ ਸਰਕਾਰ ਨੇ ਕੀਤਾ ਕੀਤੀ ਤੁਰੰਤ ਕਾਰਵਾਈ ਪਾਕਿਸਤਾਨ ਵਿੱਚ ਘਟ ਗਿੰਦੇ ਹਿੰਦੂਆਂ ਦੇ ਮੰਦਰ ਨੂੰ ਨਿਸ਼ਾਨਾ ਬਣਾਉਣ ਲਈ ਇੱਕ ਹੋਰ ਖਬਰ ਸਾਹਮਣੇ ਆਈ ਹੈ 라ਵਲਪਿੰਡੀ ਸ਼ਹਿਰ ਵਿੱਚ 100 ਸਾਲ ਤੋਂ ਵੀ ਵੱਧ ਪੁਰਾਣੇ ਇੱਕ ਮੰਦਰ ਉਤੇ ਅਣਪਛਾਤੇ ਲੋਕਾਂ ਨੇ ਇੱਕ ਸਮੂਹ ਨੇ ਹਮਲਾ ਕੀਤਾ ਇਸ ਘਟਨਾ ਨੂੰ ਲੈ ਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਜਾਣਕਾਰੀ ਅਨੁਸਾਰ ਮੰਦਰ ਦੇ ਮਹਰਮਤ ਦਾ ਕੰਮ ਚੱਲ ਰਿਹਾ ਸੀ ਸ਼ਿਕਾਇਤ ਮੁਤਾਬਕ ਸ਼ਹਿਰ ਦੇ ਪੁਰਾਣਾ ਕਿਲਾ ਇਲਾਕੇ ਚਸ਼ਮੇਚਰਵਾ ਨੂੰ ਸ਼ਾਮੀ ਲਗਭਗ 7:30 ਵਜੇ 10 ਤੋਂ 15 ਜਣਿਆਂ ਨੇ ਇਸ ਮੰਦਰ ਉੱਤੇ اچانک ਹਮਲਾ ਬੋਲ ਦਿੱਤਾ ਤੇ ਇਸ ਦੌਰਾਨ ਹਮਲਾਵਾਰਾਂ ਨੇ ਮੰਦਰ ਦੀ ਉੱਪਰਲੀ ਮੰਜ਼ਲ ਦੇ ਮੁੱਖ ਗੇਟ ਤੇ ਇੱਕ ਇੱਕ ਹੋਰ ਦਰਵਾਜ਼ੇ ਦੇ ਨਾਲ ਨਾਲ ਪੌੜੀਆਂ ਵੀ ਤੋੜ ਦਿੱਤੀਆਂ ਪੰਜਾਬ ਵਿੱਚ 24 ਘੰਟਿਆਂ ਵਿੱਚ ਕਰੋਨਾ ਨਾਲ 69 ਲੋਕਾਂ ਦੀ ਹੋਈ ਮੌਤ 2963 ਨਵੇਂ ਕੇਸਾਂ ਦੇ ਸਾਹਮਣੇ ਪੰਜਾਬ ਵਿੱਚ ਕਰੋਨਾ ਨਾਲ 69 ਲੋਕਾਂ ਦੀ ਮੌਤ ਹੋ ਗਈ ਇਸ ਤੋਂ ਇਲਾਵਾ 37399 ਲੋਕਾਂ ਦੇ ਨਮੂਨੇ ਲੈ ਗਏ ਨੇ ਜਿਨ੍ਹਾਂ ਵਿੱਚੋਂ 2963 ਵਿਅਕਤੀਆਂ ਦੇ ਸਕਾਰਾਤਮਕ ਦੱਸਿਆ ਗਿਆ ਤੇ ਇਸ ਦੇ ਨਾਲ ਹੀ 36 ਸਕਾਰਾਤਮਕ ਦੇ ਹਾਲਾਤ ਨਾਜ਼ੁਕ ਬਣੇ ਹੋਏ ਨੇ ਤਾਂ ਹੁਣ ਤੱਕ ਪੰਜਾਬ ਵਿੱਚ 5 ਕਰੋੜ 88 ਲੱਖ 48000 83 ਲੋਕਾਂ ਨੇ ਨਮੂਨੇ ਲੈ ਜਾ ਚੁੱਕੇ ਨੇ ਇਹਨਾਂ ਵਿੱਚੋਂ 231734 ਲੋਕਾਂ ਨੇ ਹੁਣ ਤੱਕ ਸਕਾਰਾਤਮਕ ਰਿਪੋਰਟ ਕੀਤੀ ਹੈ ਤੇ 21127 ਲੋਕ ਠੀਕ ਹੋ ਗਏ ਨੇ ਅਤੇ ਘਰ ਚ ਲੱਗੇ ਨੇ ਤੇ 3616 ਲੱਗ ਵਾਲੇ ਆਕਸੀਜਨ ਸਹਾਇਤਾ ਤੇ ਰੱਖੇ ਗਏ ਨੇ ਤੇ ਜਿਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ ਰਾਜ ਵਿੱਚ ਹੁਣ ਤੱਕ 890 ਲੋਕਾਂ ਦੀ ਮੌਤ ਸਕਰਮਣ ਕਾਰਨ ਹੋ ਗਈ ਹੈ ਅਧਿਆਪਕਾਂ ਤੋਂ ਬਾਅਦ ਹੁਣ ਪੈਲਸਾ ਵਾਲੇ ਉੱਤੇ ਸਰਕਾਰ ਦੇ ਵਿਰੋਧ ਵਿੱਚ ਪਾਬੰਦੀ ਹਟਾਉਣ ਲਈ ਕੀਤੀ ਮੰਗ ਅੱਜ ਲਾਸਟ ਖਬਰ ਹੈ ਜੀ ਕਿ ਸਰਕਾਰ ਵੱਲੋਂ ਕਰੋਨਾ ਦੀ ਆੜ ਵਿੱਚ ਲਗਾਈਆਂ ਕਿਤੇ ਤੇ ਪਾਬੰਦੀਆਂ ਖਿਲਾਫ ਲੋਕਾਂ ਵਿੱਚ ਰੋਸ ਪ੍ਰਦਰਸ਼ਨ ਵਾਧਾ ਜਾ ਰਹੇ ਤੇ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਸਟਾਫ ਅਧਿਆਪਕਾਂ ਦੇ ਵਿਦਿਆਰਥੀਆਂ ਵੱਲ ਵਿਰੋਧ ਦੇ ਬਾਅਦ ਹੁਣ ਪੈਲਸ ਐਸੋਸੀਏਸ਼ਨ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਇਸ ਸਬੰਧੀ ਵੱਖ-ਵੱਖ ਪੈਲਸ ਮਾਲਕਾਂ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਸਰਕਾਰ ਵੱਲੋਂ ਲਗਾਈਆਂ پابੰਦੀਆਂ ਦਾ ਵਿਰੋਧ ਕੀਤਾ ਗਿਆ ਐਸੋਸੀਏਸ਼ਨ ਦੇ ਮੈਂਬਰਾਂ ਨੇ ਆਖ ਕੇ ਬਾਕੀ ਸਭ ਕੁਝ ਚੱਲ ਰਿਹਾ ਹੈ ਤੇ ਸਰਕਾਰੀ ਕੰਮ ਚੱਲ ਰਹੇ ਨੇ ਤੇ ਕੁਝ ਰਾਜਾਂ ਵਿੱਚ ਚੋਣਾਂ ਹੋ ਰਹੀਆਂ ਨੇ ਪਰ ਪੰਜਾਬ ਸਰਕਾਰ ਨੂੰ ਪਤਾ ਨਹੀਂ ਕਿ ਸਕੂਲਾਂ ਤੇ ਪੈਲਸਾਂ ਮਗਰ ਪਈ ਹੋਈਆਂ ਨੇ ਕਿਹਾ ਕਿ ਪੈਲਸਾਂ ਵੱਲੋਂ ਹਰ ਮਹੀਨੇ 60-7000 ਦੇ ਖਾਤੇ ਪੈਰੈਂਟਾਂ ਦਾ ਸਰਕਾਰ ਦਾ ਅੱਧਾ ਟੈਕਸ ਬ ਇਹ ਮਲਾਈਮਾਨੀਅਤ ਨਗਰ ਹਾਂ ਪੱਲਿਓਂ ਦੇਣੀਆਂ ਪੈਰੀਆਂ ਨੇ ਇਸ ਲਈ ਪੈਲਸ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਬੰਧੀ ਤੱਕ ਜਹੀ ਨਾ ਕਰੇ ਨਿਯਮਾ ਤਹਿਤ ਪ੍ਰਾਲਸਾ ਨੂੰ ਵੀ ਕੰਮ ਕਰਨ ਦੀ ਆਗਿਆ ਦਿੱਤੀ ਜਾਵੇ ਇਸ ਮੌਕੇ ਰਸਪਾਲ ਸਿੰਘ ਬੱਚਾ ਜੀ ਵੀ ਜਗਦੀਸ਼ ਸਿੰਘ ਕਸੋਦੀ ਮਨਵੀਰ ਸਿੰਘ ਵਾਲੀਆ ਪ੍ਰੈਸ ਅਰੋੜਾ ਸਰੂਪ ਸਿੰਘ ਇਬਰਾਹਿਮ ਵਾਲ ਉਸ ਸਮੇ ਮਜੂਰਸਾਨ ਤਾਂ ਦੋਸਤੋ ਇਹ ਸੀਗੀਆਂ ਆਪਣੀਆਂ ਅੱਜ ਦੀਆਂ ਵਰਡੀਆਂ ਵੱਡੀਆਂ ਖਬਰਾਂ ਇਸ ਨਾਲ ਹੀ ਆਪਣੀ ਅੱਜ ਦੀਆਂ ਖਬਰਾਂ ਖਤਮ ਹੁੰਦੀਆਂ ਨੇ ਮਿਲਾਂਗੇ ਅਗਲੇ ਦਿਨ ਦੀਆਂ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਹੁੰਦੇ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ